ਸਤ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀਆ ਖੁਸ਼ ਖਬਰੀ ਇਨ੍ਹਾਂ ਸਤਾਰਾਂ ਦੇਸ਼ਾਂ ਨੇ ਇੰਡੀਆ ਵਾਲਿਆਂ ਲਈ ਖੋਲਤੇ ਦਰਵਾਜ਼ੇ ਖਿੱਚ ਲੋ ਤਿਆਰੀਆਂ ਪੂਰੀ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵਦੇਸ਼ ਜਾਣਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ ਕਈ ਲੋਕ ਮਜਬੂਰੀ ਵਸ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਤੇ ਕਈਆਂ ਨੂੰ ਉਹਨਾਂ ਮੁਲਕਾਂ ਦੀ ਖੂਬਸੂਰਤੀ ਖਿੱਚ ਕੇ ਲੈ ਜਾਂਦੀ ਹੈ ਰੋਜੀ ਰੋਟੀ ਦੀ ਖਾਤਰ ਅਨੇਕਾਂ ਭਾਰਤੀ ਵਿਦੇਸ਼ਾਂ ਦੇ ਵਿੱਚ ਜਾ ਵਸੇ ਹਨ ਪਰ ਮਹਾਮਾਰੀ ਦੇ ਕਾਰਨ ਇਸ ਵਿੱਚ ਕਮੀ ਆਈ ਹੈ ਸਭ ਪਾਸੇ ਤਾਲਾਬੰਦੀ ਹੋਣ ਦੇ ਕਾਰਨ ਆ ਹਵਾਈ ਆਵਾਜਾਈ ਠੱਪ ਕਰ ਦਿੱਤੀ ਗਈ ਸੀ ਜਿਸ ਕਾਰਨ ਲੋਕਾਂ ਦਾ ਦੂਸਰੇ ਮੁਲਕਾਂ ਦੇ ਵਿੱਚ ਜਾਣਾ ਮੁਸ਼ਕਲ ਹੋ ਗਿਆ ਸੀ ਹੁਣ ਜਦੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਕਮੀ ਆਈ ਆ ਤਾਂ ਸਭ ਦੇਸ਼ ਆਪਣੇ ਪੈਰਾਂ ਸਿਰ ਹੋਣ ਦੇ ਲਈ ਪੂਰੇ ਯਤਨ ਕਰ ਰਹੇ ਹਨ ਹੁਣ 17 ਦੇਸ਼ਾਂ ਦੇ ਵੱਲੋਂ ਇੱਕ ਖੁਸ਼ਖਬਰੀ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਹੁਣ 17 ਦੇਸ਼ਾਂ ਦੀ ਯਾਤਰਾ ਭਾਰਤੀ ਕਰ ਸਕਦੇ ਨੇ ਸ਼ਹਿਰੀ ਹਵਾਬਾਦੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੰਦੇ ਭਾਰਤ ਮਿਸ਼ਨ ਤੋਂ ਇਲਾਵਾ ਹੁਣ ਦੂਜੇ ਦੇਸ਼ਾਂ ਦੇ ਨਾਲ 에어 버블 ਸਮਝੌਤਾ ਕਰ ਰਹੀ ਹੈ ਜਿਸ ਦੇ ਨਾਲ ਭਾਰਤ ਦੇ ਲੋਕ ਇਹਨਾਂ 17 ਦੇਸ਼ਾਂ ਦੇ ਵਿੱਚ ਯਾਤਰਾ ਲਈ ਜਾ ਸਕਦੇ ਹਨ ਇਹਨਾਂ ਦੇਸ਼ਾਂ ਦੇ ਲੋਕ ਵੀ ਭਾਰਤ ਆ ਸਕਦੇ ਹਨ 에어 버블 ਇੱਕ ਅਸਥਾਈ ਸਮਝੌਤਾ ਹੈ ਜਿਸ ਦੇ ਤਹਿਤ ਵੱਖ-ਵੱਖ ਦੇਸ਼ ਆਪਣੇ ਨਿਯਮ ਦੇ ਅਨੁਸਾਰ ਸੀਮਤ ਉਡਾਨਾਂ ਨੂੰ ਮਨਜ਼ੂਰੀ ਦਿੰਦੇ ਹਨ ਹਾਲਾਂਕਿ ਇਸ ਸਮਝੌਤੇ ਦੇ ਤਹਿਤ ਵਿਦੇਸ਼ ਕੋ ਮੰਤਰੀ ਉਡਾਨਾਂ ਮਈ ਮਹੀਨੇ ਤੋਂ ਵੰਦੇ ਭਾਰਤ ਮਿਸ਼ਨ ਅਤੇ ਜੁਲਾਈ ਤੋਂ ਚੁਣੇ ਹੋਏ ਦੇਸ਼ਾਂ ਦੇ ਨਾਲ ਦਵੱਲੇ 에ਅਰ ਬੱਬਲ ਸਮਝੌਤੇ ਦੇ ਤਹਿਤ ਚੱਲ ਰਹੀਆਂ ਹਨ ਇਸ ਤੋਂ ਪਹਿਲਾਂ ਭਾਰਤ ਨੇ ਇਸ ਤਰ੍ਹਾਂ ਦਾ ਸਮਝੌਤਾ 16 ਦੇਸ਼ਾਂ ਦੇ ਨਾਲ ਕੀਤਾ ਸੀ ਜਿਸ ਦੇ ਵਿੱਚ ਆਫਗਾਨਿਸਤਾਨ ਇਰਾਕ ਜਾਪਾਨ ਮਾਲਦੀਵ ਬਹਿਰੀਨ ਓਮਾਨ ਕੈਨੇਡਾ ਫਰਾਂਸ ਜਰਮਨੀ ਨਜ਼ੀਰੀਆ ਕਤਰ ਯੂਏਈ ਕਿਨੀਆ ਅਮਰੀਕਾ ਪੂਟਾਨ ਆਦ ਜਿਹੜੇ ਸ਼ਾਮਲ ਸੀ ਇਸ ਦੇ ਤਹਿਤ ਦੋਹਾਂ ਮੁਲਕਾਂ ਦੇ ਦਰਮਿਆਨ ਸੀਮਤ ਉਡਾਨਾਂ ਦੀ ਵਿਵਸਥਾ ਹੋਏਗੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਹੁਣ ਏਅਰ ਬੱਬਲ ਦਾ ਸਮਝੌਤਾ ਹੈ ਭਾਰਤ 17 ਹੋਰ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ ਪਹਿਲਾਂ 16 ਦੇਸ਼ਾਂ ਦੀ ਹੋਰ ਯਾਤਰਾ ਭਾਰਤੀਆਂ ਨੂੰ ਛੋਟ ਜਿਹੜੀ ਦਿੱਤੀ ਜਾ ਚੁੱਕੀ ਸੀ ਸੋ